ਗੌੜੀ ਗੁਆਰੇ ਦੀ ਮਹਿਲਾ ਪੰਜਵਾਂ ਕਿਉਂ ਪ੍ਰਮੀ ਹੈ ਭ੍ਰਮ ਕਿਸਕਾ ਹੋਈ ਜਾਂ ਜਲ ਥਲ ਮਈਲ ਰਵਿਆ ਸੋਈ ਗੁਰਮੁਖ ਉਭਰੇ ਮਨਮੁਖ ਪਤ ਖੋਈ ਜਿਸ ਰਾਖੈ ਆਪ ਰਾਮ ਦਿਆਰਾ ਤਿਸ ਨਹੀਂ ਦੂਜਾ ਕੋ ਪਹੁੰਚਣ ਹਾਰਾ ਰਹਾਉ ਸਭ ਮੈਂ ਵਰਤੈ ਏਕ ਅਨੰਤਾ ਤਾਂ ਤੂੰ ਸੁਖ ਸੋ ਹੋਏ ਅਚਿੰਤਾ ਉਹ ਸਭ ਕਿਛ ਜਾਣੈ ਜੋ ਵਰਤੰਤਾ ਮਨਮੁਖ ਮੋਏ ਜਿਨ ਦੂਜੀ ਪਿਆਸਾ ਬਹੁ ਜੋਨੀ ਭਵੈ ਧੁਰ ਕਿਰਤ ਲਿਖਿਆ ਸਾ ਜੈਸਾ ਬੀਜੈ ਤੈਸਾ ਖਾਸਾ ਦੇਖ ਦਰਸ ਮਨ ਭਇਆ ਵਿਗਾਸਾ ਸਭ ਨਦਰੀ ਆਇਆ ਬ੍ਰਹਮ ਪਰਗਾਸਾ ਜਨ ਨਾਨਕ ਕੀ ਹਰ ਪੂਰਨ ਆਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਰਾਗ ਗੌੜੀ ਗੁਆਰੇਰੀ ਵਿੱਚ ਇਹ ਦੂਜਾ ਸ਼ਬਦ ਇਸ ਸ਼ਬਦ ਦੀ ਰਹਾਉ ਦੀ ਪੰਕਤੀ ਅੰਦਰ ਪਾਤਸ਼ਾਹ ਫਰਮਾਉਂਦੇ ਨੇ ਜਿਸ ਰਾਖੈ ਆਪ ਰਾਮ ਦਿਆਰਾ ਉਹ ਦਇਆ ਦਾ ਘਰ ਪਰਮਾਤਮਾ ਜਿਸ ਦਾ ਰਖਵਾਲਾ ਹੋ ਜਾਏ ਜਿਸ ਦੇ ਵੱਲ ਹੋ ਜਾਏ ਜਿਸ ਦੀ ਪੱਖ ਵਿੱਚ ਹੋ ਜਾਏ ਤਿਸ ਨਹੀਂ ਦੂਜਾ ਕੋ ਪਹੁੰਚਣ ਹਾਰਾ ਉਹਦੀ ਬਰਾਬਰੀ ਹੋਰ ਕੋਈ ਦੂਜਾ ਕਰ ਹੀ ਨਹੀਂ ਸਕ ਪਾਤਸ਼ਾਹ ਨੇ ਆਪਣੀ ਬਾਣੀ ਵਿੱਚ ਇਸ ਗੱਲ ਉੱਤੇ ਇਤਨੀ ਦ੍ਰਿੜਤਾ ਨਾਲ ਪਹਿਰਾ ਦਿੱਤਾ ਹੈ ਔਰ ਸਾਨੂੰ ਵੀ ਪ੍ਰੇਰਨਾ ਕੀਤੀ ਹੈ ਭਾਈ ਉਸ ਪਰਮਾਤਮਾ ਤੋਂ ਵੱਡਾ ਕੋਈ ਨਹੀਂ ਤੁਧ ਬਿਨ ਦੂਜਾ ਨਾ ਹੀ ਕੋਏ ਤੂੰ ਕਰਤਾਰ ਕਰੈ ਸੋ ਹੋਏ ਤੇਰਾ ਜ਼ੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਸਭ ਉੱਪਰ ਪਾਰ ਬ੍ਰਹਮ ਦਾ ਤਾਰ ਸਾਰਿਆਂ ਦੇ ਉੱਤੇ ਉਹ ਹੈ ਭਾਵ ਉਸ ਤੋਂ ਉੱਤਾ ਦੂਜਾ ਕੋਈ ਹੈ ਹੀ ਨਹੀਂ ਇਸੇ ਲਈ ਪਾਤਸ਼ਾਹ ਪ੍ਰਭੂ ਦੇ ਸਿਮਰਨ ਦੀਆਂ ਜਦੋਂ ਬਰਕਤਾਂ ਬਿਆਨ ਕਰਦੇ ਨੇ ਬਖਸ਼ਿਸ਼ਾਂ ਬਿਆਨ ਕਰਦੇ ਨੇ ਅਤੇ ਫਰਮਾਉਂਦੇ ਨੇ ਪ੍ਰਭ ਕੋ ਸਿਮਰੈ ਸੇ ਬੇਮੋਤਾਜੇ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਅਵਿਨਾਸੀ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਪਾਤਸ਼ਾਹ ਨੇ ਐਸਾ ਤੱਤ ਕੱਢ ਕੇ ਸਾਡੀ ਝੋਲੀ ਵਿੱਚ ਪਾਇਆ ਭਾਈ ਭਟਕਣ ਦੀ ਕੋਈ ਲੋੜ ਨਹੀਂ ਭਰਮਣ ਦੀ ਕੋਈ ਲੋੜ ਨਹੀਂ ਜਿਸ ਰਾਖੈ ਆਪ ਰਾਮ ਦਿਆਰਾ ਤਿਸ ਨਹੀਂ ਦੂਜਾ ਕੋ ਪਹੁੰਚਣ ਹਾਰਾ ਉਸਦੀ ਕੋਈ ਬਰਾਬਰੀ ਕਰ ਹੀ ਨਹੀਂ ਸਕਦਾ ਜਿਸ ਦਾ ਰਖਵਾਲਾ ਆਪ ਹੋਵੇ ਤਾਂ ਹੀ ਪਾਤਸ਼ਾਹ ਨੇ ਫਰਮਾਇਆ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ ਤੁਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਖਮੀ ਤੋਟ ਨ ਆਵਈ ਖਾਏ ਖਰਚ ਰਹਿੰਦਾ ਲਖ ਚੌਰਾਸੀ ਮੇਦਨੀ ਸਭ ਸੇਵ ਕਰਨ ਦਾ ਜਿਸ ਰਾਖੈ ਆਪ ਰਾਮ ਦਿਆਰਾ ਜਾ ਕੋ ਮੁਸ਼ਕਲ ਅਤ ਬਣੇ ਟੋਈ ਕੋਏ ਨ ਦੇ ਲਾਗੂ ਹੋਏ ਦੁਸ਼ਮਣਾ ਸਾਕ ਵੀ ਭੱਜ ਖਲੇ
ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ ਚਿੱਤ ਆਵੈ ਉਸ ਪਾਰ ਬ੍ਰਹਮ ਤਾਂ ਲਗੈ ਨ ਧੱਤੀ ਵਾਓ ਜਿਸ ਰਾਖੈ ਆਪ ਰਾਮ ਦਿਆਰਾ ਤਾਂ ਤੇ ਸਾਧ ਸੰਗਤ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਕਿਤਨਾ ਵਿਸ਼ਵਾਸ ਕਿਤਨਾ ਭਰੋਸਾ ਆਖਿਆ ਕਿਉਂ ਭ੍ਰਮੀਐ ਭ੍ਰਮ ਕਿਸ ਕਾ ਹੋਈ ਭ੍ਰਮੀਐ ਦਾ ਮਤਲਬ ਹੈ ਭਟਕਣਾ ਭਰਮ ਦਾ ਸ਼ਿਕਾਰ ਹੋ ਜਾਣਾ ਕਿਉਂ ਭਰਮ ਨਾ ਕਰੀਏ ਔਰ ਕਿਸ ਗੱਲ ਕਰਕੇ ਭਰਮ ਪੈਦਾ ਕਰੀਏ ਜਾਂ ਜਲ ਥਲ ਮਈਲ ਰਵਿਆ ਸੋਈ ਜਾਂ ਦਾ ਮਤਲਬ ਹੈ ਜਦੋਂ ਜਲ ਵਿੱਚ ਥਲ ਵਿੱਚ ਮਹੀ ਕਹੀਏ ਧਰਤੀ ਅਲ ਕਹੀਏ ਆਕਾਸ਼ ਵਿੱਚ ਉਹ ਵਿਆਪਕ ਹੈ ਕੋਈ ਐਸੀ ਜਗ੍ਹਾ ਹੈ ਨਹੀਂ ਜਿੱਥੇ ਉਹ ਨਹੀਂ ਹੈ ਕਿਉਂ ਭ੍ਰਮੀ ਹੈ ਕਿਉਂ ਭਰਮ ਦਾ ਸ਼ਿਕਾਰ ਹੋਈ ਹੈ ਭਰਮ ਕਿਸ ਕਾ ਹੋਈ ਜਾਂ ਜਲ ਥਲ ਮਈਲ ਰਵਿਆ ਸੋਈ ਗੁਰਮੁਖ ਉਭਰੇ ਮਨਮੁਖ ਪਤ ਖੋਈ ਪਾਤਸ਼ਾਹ ਨਿਚੋੜ ਕਰ ਦਿੰਦੇ ਕਹਿੰਦੇ ਗੁਰਮੁਖ ਉਭਰੇ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਨਿਚੋੜ ਤੱਤ ਸਾਰ ਇਹ ਜਿਹੜਾ ਗੁਰਮੁਖ ਹੈ ਜਿਹਦਾ ਮੂੰਹ ਗੁਰੂ ਵੱਲ ਹੈ ਜਿਹੜਾ ਗੁਰੂ ਦੇ ਬਚਨਾਂ 'ਤੇ ਵਿਸ਼ਵਾਸ ਕਰਦਾ ਉਹ ਉਭਰੇ ਉਹ ਬਚ ਜਾਂਦੇ ਹਨ ਉਹਨਾਂ ਉੱਤੇ ਕਿਸੇ ਦੂਜੀ ਚੀਜ਼ ਦਾ ਕੋਈ ਭਰਮ ਕੋਈ ਡਰ ਕੋਈ ਭੈ ਆਉਂਦਾ ਹੀ ਨਹੀਂ ਕਿਉਂ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ 'ਤੇ ਪ੍ਰਾਣੀ ਛੁਟੈ ਪਰ ਇਸ ਦੇ ਉਲਟ ਜਿਹੜੇ ਮਨਮੁੱਖ ਨੇ ਜਿਹੜੇ ਮਨ ਦੇ ਪਿੱਛੇ ਤੁਰਦੇ ਨੇ ਔਰ ਮਨ ਦੇ ਪਿੱਛੇ ਤੁਰ ਕੇ ਗੁਰੂ ਦੀ ਗੱਲ ਤੋਂ ਮੁਨਕਰ ਹੋ ਜਾਂਦੇ ਗੁਰੂ ਦੇ ਬਚਨਾਂ ਦੀ ਪਰਵਾਹ ਨਹੀਂ ਕਰਦੇ ਆਪਣੀ ਮਤ ਦੇ ਪਿੱਛੇ ਤੁਰਦੇ ਹਨ ਆਪਣੇ ਆਪ ਨੂੰ ਸਿਆਣਾ ਸਮਝਦੇ ਨੇ ਗੁਰੂ ਨਾਲ ਵੀ ਠੱਗੀ ਮਾਰਨੋਂ ਨਹੀਂ ਹਟਦੇ ਗੁਰੂ ਦੀ ਬੇਅਦਬੀ ਕਰਵਾ ਕੇ ਕਰਕੇ ਵੀ ਸਮਝਦੇ ਨੇ ਅਸੀਂ ਬੜੇ ਉੱਚੇ ਹਾਂ ਉਹ ਮਨਮੁੱਖ ਹਨ ਔਰ ਉਹਨਾਂ ਦੀ ਲਾਜ਼ਮੀ ਤੌਰ 'ਤੇ ਪਤ ਖੋਈ ਇੱਥੇ ਪਤ ਦਾ ਮਤਲਬ ਹੈ ਇੱਜ਼ਤ ਗੁਰਬਾਣੀ ਵਿੱਚ ਪਤ ਅੱਖਰ ਪੱਪਾ ਤੱਤੇ ਨੂੰ ਔਂਕੜ ਪਤ ਵੀ ਆਉਂਦਾ ਪੱਪਾ ਤੱਤਾ ਮੁਕਤਾ ਪਤ ਵੀ ਆਉਂਦਾ ਪੱਪਾ ਤੱਤੇ ਨੂੰ ਸਿਹਾਰੀ ਪਤ ਵੀ ਆਉਂਦਾ ਉਚਾਰਨ ਤਿੰਨਾਂ ਦਾ ਪਤ ਹੈ ਜਿੱਥੇ ਪਤ ਦੇ ਤੱਤੇ ਨੂੰ ਔਂਕੜ ਹੋਵੇਗਾ ਉਹ ਪਾਤਰ ਬਰਤਨ ਭਾਂਡੇ ਦੀ ਗੱਲ ਹੈ ਜਿਵੇਂ ਮੁੰਦਾ ਸੰਤੋਖ ਸਰਮ ਪਤ ਝੋਲੀ ਅਤੇ ਜਿੱਥੇ ਪੱਤਰਾਂ ਦੀ ਗੱਲ ਹੋਵੇਗੀ ਦਰਖਤ ਦੇ ਪੱਤਰਾਂ ਦੀ ਉੱਥੇ ਪਤ ਦਾ ਤੱਤਾ ਮੁਕਤਾ ਹੋਏਗਾ ਪਰ ਜਿੱਥੇ ਪਤ ਤੱਤੇ ਨੂੰ ਸਿਆਰੀ ਵਾਲਾ ਉਹ ਪਤ ਇੱਜ਼ਤ ਵਾਸਤੇ ਵੀ ਹੈ ਪਤ ਪਤੀ ਵਾਸਤੇ ਵੀ ਗੱਲ ਕੀ ਮਹਾਰਾਜ ਨੇ ਨਿਚੋੜ ਕਰ ਦਿੱਤਾ ਕਿਉਂ ਭ੍ਰਮੀ ਹੈ ਭ੍ਰਮ ਕਿਸ ਕਾ ਹੋਈ ਜਾਂ ਜਲ ਥਲ ਮਈਲ ਰਵਿਆ ਸੋਈ ਜਦੋਂ ਐਸੀ ਕੋਈ ਜਗ੍ਹਾ ਹੀ ਨਹੀਂ ਜਿੱਥੇ ਮੇਰਾ ਮਾਲਕ ਨਹੀਂ ਹੈ ਪਰ ਫਿਰ ਨਿਚੋੜ ਕੇ ਦੇਖਿਆ ਗੁਰਮੁਖ ਉਭਰੇ ਮਨਮੁਖ ਪਤ ਖੋਈ ਭਾਈ ਇਹ ਗੱਲ ਉਹਨਾਂ 'ਤੇ ਲਾਗੂ ਹੋਵੇਗੀ ਜਿਹੜੇ ਗੁਰੂ ਦੇ ਇਹਨਾਂ ਬਚਨਾਂ 'ਤੇ ਵਿਸ਼ਵਾਸ ਕਰਨਗੇ ਉਹ ਫਿਰ ਠੱਗੀਆਂ ਨਹੀਂ ਕਰਦੇ ਠੋਰੀਆਂ ਨਹੀਂ ਕਰਦੇ ਉਹ ਚੋਰੀਆਂ ਨਹੀਂ ਕਰਦੇ ਉਹ ਹੇਰਾ ਫੇਰੀਆਂ ਨਹੀਂ ਕਰਦੇ ਉਹ ਕਹਿੰਦੇ ਨੇ ਸਾਨੂੰ ਗੁਰੂ ਨੇ ਮਤ ਦਿੱਤੀ ਹੈ ਕਿ ਉਹ ਪਰਮਾਤਮਾ ਸਭ ਕੁਝ ਵੇਖ ਰਹੇ ਜਿਤ ਕੀਤਾ ਪਾਈਏ ਆਪਣਾ ਸਾ ਕਾਲ ਬੁਰੀ ਕਿਉਂ ਕਾਲੀ ਹੈ ਮੰਦਾ ਮੂਲ ਨ ਕੀਚਈ ਦੇ ਲੰਮੀ ਨਜ਼ਰ ਨਿਹਾਲੀ ਹੈ ਦੇਖੋ ਗੱਲ ਤਾਂ ਗੁਰੂ ਦੇ ਬਚਨਾਂ ਨੂੰ ਮੰਨਣ ਦੀ ਹੈ ਮੈਂ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਜੀਵਨ ਪੜ੍ਹ ਰਿਹਾ ਸੀ ਉਹਨਾਂ ਦੇ ਜੀਵਨ ਵਿੱਚ ਤਬਦੀਲੀ ਕਦੋਂ ਕਿਵੇਂ ਆਈ ਉਹਨਾਂ ਦੇ ਨਗਰ ਖਡੂਰ ਸਾਹਿਬ ਵਿੱਚ ਹੀ ਇੱਕ ਗੁਰੂ ਨਾਨਕ ਦੇਵ ਜੀ ਦਾ ਪਿਆਰਾ ਸਿੱਖ ਜਿਹਦਾ ਨਾਮ ਭਾਈ ਜੋਧ ਸੀ
ਜਿਹੜਾ ਕਿਰਤ ਬਿਰਤ ਵੀ ਕਰਦਾ ਸੀ ਅਤੇ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਅਤੇ ਆਸਾ ਕੀ ਵਾਰ ਦੀ ਬਾਣੀ ਦਾ ਪਾਠ ਕਰਦਾ ਸੀ ਅਤੇ ਅੰਮ੍ਰਿਤ ਵੇਲੇ ਉਹ ਦੀਵੇ ਦੀ ਲੋ ਵਿੱਚ ਪੜ੍ਹ ਰਿਹਾ ਸੀ ਕਿ ਜਿੱਤ ਸੇਵੇ ਹੈ ਸੁੱਖ ਪਾਈ ਹੈ ਸੋ ਸਾਹਿਬ ਸਦਾ ਸੰਭਾਲੀ ਹੈ ਜਿੱਦ ਕੀਤਾ ਪਾਈ ਹੈ ਆਪਣਾ ਸਾ ਕਾਲ ਬੁਰੀ ਕਿਉਂ ਕਾਲੀ ਹੈ ਮੰਦਾ ਮੂਲ ਨ ਕੀ ਚਈ ਦੇ ਲੰਮੀ ਨਜ਼ਰ ਨਿਹਾਲੀ ਹੈ ਇਹ ਬਚਨ ਭਾਈ ਜੋਤ ਜੀ ਦੇ ਮੁਖਾਰਬਿੰਦ ਤੋਂ ਭਾਈ ਲਹਿਣਾ ਜੀ ਨੇ ਸੁਣੇ ਹਿਰਦੇ ਵਿੱਚ ਖੁੱਭ ਗਏ ਅਤੇ ਭਾਈ ਜੋਤ ਜੀ ਨੂੰ ਪੁੱਛਣ ਲੱਗੇ ਭਾਈ ਜੋਤ ਜੀ ਇਹ ਬਚਨ ਕਿਸ ਦੇ ਹਨ ਤਾਂ ਉਹਨਾਂ ਕਿਹਾ ਇਹ ਬਚਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹਨ ਕੱਲ ਕੀ ਜਿਹੜਾ ਗੁਰੂ ਦੇ ਰਾਹ 'ਤੇ ਤੁਰੇ ਉਹ ਫਿਰ ਬਚ ਜਾਂਦਾ ਉਹ ਡਾਵਾਂ ਡੋਲ ਨਹੀਂ ਹੁੰਦਾ ਉਹ ਭਰਮ ਦਾ ਸ਼ਿਕਾਰ ਨਹੀਂ ਹੁੰਦਾ ਪਰ ਜਿਹੜਾ ਮਨ ਦੇ ਪਿੱਛੇ ਲੱਗ ਕੇ ਗੁਰੂ ਨੂੰ ਵੀ ਧੋਖਾ ਦਿੰਦਾ ਗੁਰੂ ਵੱਲ ਪਿੱਠ ਕਰ ਲੈਂਦਾ ਉਹ ਆਪਣੀ ਪੱਤ ਖੋ ਲੈ ਫਿਰ ਪਾਤਸ਼ਾਹ ਕਹਿੰਦੇ ਜਿਸ ਰਾਖੈ ਆਪ ਰਾਮ ਦਿਆਰਾ ਤਿਸ ਨਹੀਂ ਦੂਜਾ ਕੋ ਪਹੁੰਚਣ ਹਾਰਾ ਜਿਸ ਦਾ ਰਖਵਾਲਾ ਵਾਹਿਗੁਰੂ ਪਰਮੇਸ਼ੁਰ ਆਪ ਹੋ ਜਾਏ ਉਸ ਦੀ ਕੋਈ ਬਰਾਬਰੀ ਕਰ ਹੀ ਨਹੀਂ ਸਕਦਾ ਰਹਾਓ ਹੁਣ ਉਹਦੀ ਵਿਆਖਿਆ ਕਰਕੇ ਦੱਸਦੇ ਨੇ ਸਭ ਮੈਂ ਵਰਤੈ ਏਕ ਅਨੰਤਾ ਹੁਣ ਉਹ ਅਨੰਤ ਪਰਮਾਤਮਾ ਜੋ ਹੈ ਉਹ ਸਭ ਮੈਂ ਵਰਤੈ ਸਾਰਿਆਂ ਦੇ ਵਿੱਚ ਵਰਤ ਰਿਹਾ ਜਲ ਥਲ ਮਈਅਰ ਪੂਰਿਆ ਸਵਾਮੀ ਸਿਰਜਣਹਾਰ ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ ਸਭ ਮੈਂ ਵਰਤੈ ਏਕ ਅਨੰਤਾ ਅਨੰਤ ਜਿਸ ਦਾ ਅੰਤ ਨਹੀਂ ਪਾਇਆ ਜਾ ਸਕਦਾ ਉਹ ਹਰ ਜਗ੍ਹਾ 'ਤੇ ਵਰਤ ਰਿਹਾ ਜਦੋਂ ਕੋਈ ਇਹ ਮੰਨ ਲੈਂਦਾ ਜਦੋਂ ਕਿਸੇ ਦੇ ਅੰਦਰ ਇਹ ਦ੍ਰਿੜ ਹੋ ਜਾਂਦਾ ਤਾਂ ਤੂੰ ਸੁੱਖ ਸੋਂ ਹੋਏ ਅਚਿੰਤਾ ਫਿਰ ਤੂੰ ਸੁੱਖ ਦੇ ਸਮੇਤ ਭਾਵ ਸੁੱਖ ਵਿੱਚ ਟਿੱਕ ਕੇ ਅਚਿੰਤ ਹੋ ਜਾ ਗੁਰੂ ਅਰਜਨ ਦੇਵ ਪਾਤਸ਼ਾਹ ਆਪਣੇ ਨਿਸ਼ਚੇ ਦੀ ਗੱਲ ਭੈਰੋ ਰਾਗ ਵਿੱਚ ਕਰਦੇ ਨੇ ਪੈਰੋ ਮਹਿਲਾ ਪੰਜਵਾਂ ਉਠਤ ਸੁਖੀਆ ਬੈਠਤ ਸੁਖੀਆ ਪਉ ਨਹੀਂ ਲਾਗੈ ਜਾਂ ਐਸੇ ਬੁਝੀਆ ਰਾਖਾ ਏਕ ਹਮਾਰਾ ਸਵਾਮੀ ਸਗਲ ਘਟਾਂ ਕਾ ਅੰਤਰ ਜਾਮੀ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾਂ ਪ੍ਰਭ ਤੂੰ ਵਰਤੰਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦ੍ਰਿੜਾਇਆ ਸਭ ਮੈਂ ਵਰਤੈ ਏਕ ਅਨੰਤਾ ਤਾਂ ਤੂੰ ਸੁਖ ਸੋਂ ਹੋਏ ਅਚਿੰਤਾ ਭਾਈ ਜਦੋਂ ਇਹ ਗੱਲ ਦ੍ਰਿੜ ਕਰ ਲਵਾਂਗੇ ਜਦੋਂ ਗੁਰੂ ਦੀ ਕਿਰਪਾ ਨਾਲ ਇਹ ਗੱਲ ਸਾਡੇ ਵਿਸ਼ਵਾਸ ਵਿੱਚ ਆ ਜਾਏ ਕਿ ਉਹ ਪਰਮਾਤਮਾ ਸਭ ਜਗ੍ਹਾ 'ਤੇ ਵਿਆਪਕ ਹੈ ਬਸ ਫਿਰ ਅਚਿੰਤ ਹੋ ਜਾਵਾਂ ਫਿਰ ਸਾਰੀਆਂ ਚਿੰਤਾਵਾਂ ਮੁੱਕ ਜਾਣਗੀਆਂ ਚਿੰਤਾ ਉਦੋਂ ਹਨ ਜਦੋਂ ਅਸੀਂ ਆਪਣੇ ਆਪ ਉੱਤੇ ਲੈ ਲੈਂਦੇ ਮੈਂ ਕਰਾਂ ਇਹ ਮੇਰੇ ਕੀਤਿਆਂ ਹੋਵੇਗਾ ਭਗਤ ਜਨਾਂ ਨੇ ਤਾਂ ਕਿਹਾ ਸਾਡੀ ਵੀ ਪਹਿਲਾਂ ਇਹ ਅਵਸਥਾ ਸੀ ਜਬ ਹਮ ਹੋਤੇ ਤਬ ਤੂੰ ਨਾ ਹੀ ਅਬ ਤੂੰ ਹੀ ਮੈਂ ਨਾ ਹੀ ਅਨਲ ਅਗਮ ਜੈਸੇ ਲਹਿਰ ਮੈਂ ਉਦਤ ਜਲ ਕੇਵਲ ਜਲ ਮਾਹੀ ਜਬ ਹਮ ਹੋਤੇ ਜਦੋਂ ਸਾਡੇ ਵਿੱਚ ਹੋਮੇ ਸੀ ਜਦੋਂ ਅਸੀਂ ਆਪਣੇ ਆਪ ਨੂੰ ਕੁਝ ਮੰਨਦੇ ਸੀ ਮੈਨੂੰ ਇੱਕ ਬੜੀ ਸੁੰਦਰ ਗਾਥਾ ਯਾਦ ਆਈ ਕਹਿੰਦੇ ਨੇ ਜੰਗਲ ਦੇ ਅੰਦਰ ਇੱਕ ਗੁਰੂ ਚੇਲਾ ਜਾ ਰਹੇ ਸਨ ਅਤੇ ਜਾਂਦਿਆਂ ਜਾਂਦਿਆਂ ਉਹਨਾਂ ਨੂੰ ਰਾਤ ਪੈ ਗਈ ਮੈਂ ਇੱਕ ਬਹੁਤ ਛੋਟੀ ਉਮਰ ਵਿੱਚ ਉਰਦੂ ਦੀ ਕਿਤਾਬ ਪੜ੍ਹੀ ਸੀ ਚਹਿਲੇ ਦਰਵੇਸ਼ 40 ਫਕੀਰਾਂ ਦੀਆਂ ਗੱਲਾਂ
ਤਾਂ ਮੈਂ ਬੜੇ ਧਿਆਨ ਨਾਲ ਪੜ੍ਹਦਿਆਂ ਪੜ੍ਹਦਿਆਂ ਇਹ ਗੱਲ ਪੜ੍ਹੀ, ਇੱਕ ਸਾਧੂ ਮਹਾਤਮਾ ਨਾਲ ਸੰਬੰਧਿਤ। ਕਹਿੰਦੇ ਗੁਰੂ ਚੇਲਾ ਜਾ ਰਹੇ ਸਨ ਜੰਗਲ ਦੇ ਵਿੱਚ, ਰਾਤ ਪੈ ਗਈ। ਫਿਕਰ ਹੋਇਆ ਰਾਤ ਕਿੱਥੇ ਕੱਟੀ, ਤਾਂ ਜੰਗਲ ਵਿੱਚ ਜੰਗਲੀ ਮਹਿਕਮੇ ਦਾ, ਫੋਰੈਸਟ ਮਹਿਕਮੇ ਦਾ ਇੱਕ ਬੰਗਲਾ ਸੀ, ਰੈਸਟ ਹਾਊਸ ਸੀ। ਉਹਨਾਂ ਨੇ ਮਨ ਬਣਾਇਆ ਕਿ ਇੱਥੇ ਰਾਤ ਕੱਟ ਲਈ, ਸਰਦੀ ਤੋਂ ਵੀ ਬਚ ਜਾਵਾਂਗੇ ਅਤੇ ਜੰਗਲੀ ਜਾਨਵਰਾਂ ਦਾ ਖਤਰਾ ਵੀ ਨਹੀਂ ਆਏਗਾ। ਜਦੋਂ ਉੱਥੇ ਪਹੁੰਚੇ, ਉੱਥੇ ਕੋਈ ਆਦਮੀ ਨਜ਼ਰ ਨਹੀਂ ਆਇਆ, ਤਾਂ ਉਹਨਾਂ ਨੇ ਫੈਸਲਾ ਕੀਤਾ ਵੀ ਇੱਕ ਕਮਰੇ ਵਿੱਚ, ਚੇਲੇ ਨੂੰ ਕਿਹਾ ਤੂੰ ਚਲਾ ਜਾ, ਇੱਕ ਕਮਰੇ ਵਿੱਚ ਗੁਰੂ ਚਲਾ ਗਏ। ਪਰ ਜਾਣ ਤੋਂ ਪਹਿਲਾਂ ਗੁਰੂ ਨੇ ਆਖਿਆ ਚੇਲੇ ਨੂੰ, ਕੁਝ ਬਣੀ ਨਾ, ਇਹਦੇ ਵਿੱਚ ਬੜੀ ਵੱਡੀ ਰਮਜ ਸੀ। ਹੋਇਆ ਕਿ ਥੋੜ੍ਹੀ ਦੇਰ ਬਾਅਦ ਉਸ ਬੰਗਲੇ ਦਾ ਜਿਹੜਾ ਚੌਕੀਦਾਰ ਸੀ ਉਹ ਆ ਗਿਆ। ਉਹ ਨੇੜੇ ਦੇ ਪਿੰਡ ਵਿੱਚ ਆਪਣੇ ਲਈ ਰੋਟੀ ਲੈਣ ਗਿਆ ਸੀ। ਜਦੋਂ ਆਇਆ ਤਾਂ ਉਸਨੂੰ ਮਹਿਸੂਸ ਹੋਇਆ ਬਈ ਕਮਰੇ ਵਿੱਚ ਕੋਈ ਹੈ, ਤਾਂ ਕੁਦਰਤੀ ਪਹਿਲਾਂ ਉਸ ਕਮਰੇ ਵਿੱਚ ਚਲਾ ਗਿਆ ਜਿੱਥੇ ਚੇਲਾ ਸੀ। ਉਹਨੇ ਆਖਿਆ ਕੌਣ ਹੈ ਬਈ ਤੂੰ? ਕਹਿੰਦਾ ਮੈਂ ਇੱਕ ਸੰਤ ਹਾਂ ਅਤੇ ਮੈਂ ਰਾਤ ਕੱਟਣੀ। ਚੌਕੀਦਾਰ ਗੁੱਸੇ ਹੋ ਕੇ ਕਹਿਣ ਲੱਗਾ ਇਹ ਸੰਤਾਂ ਦੇ ਕੰਮ ਨੇ ਕਿ ਬਿਨਾਂ ਪੁੱਛੇ ਤੋਂ ਕਿਸੇ ਦੇ ਘਰ ਵੜ ਜਾਣਾ, ਨਿਕਲ ਬਾਹਰ। ਉਹਨੇ ਉਹਨੂੰ ਬਾਹਰ ਕੱਢ ਦਿੱਤਾ। ਦੂਜੇ ਕਮਰੇ ਵਿੱਚ ਗਿਆ, ਉੱਥੇ ਇੱਕ ਸੰਤ। ਕਹਿੰਦਾ ਕੌਣ ਹੈ? ਕਹਿੰਦਾ ਭਾਈ ਮੈਂ ਇੱਕ ਰਾਹੀ ਹਾਂ, ਰਸਤੇ ਵਿੱਚ ਰਾਤ ਪੈ ਗਈ ਹੈ, ਜੇ ਤੂੰ ਕਿਰਪਾ ਕਰੇ ਤਾਂ ਮੇਰੀ ਰਾਤ ਕੱਟੀ ਜਾਏਗੀ। ਹੁਣ ਬੰਗਲਾ ਇੱਕੋ ਹੀ ਹੈ, ਚੌਕੀਦਾਰ ਇੱਕੋ ਹੀ ਹੈ, ਕਮਰੇ ਵੀ ਇੱਕੋ ਹੀ। ਉਹਨਾਂ ਦੀ ਨਿਮਰਤਾ ਵੇਖ ਕੇ ਚੌਕੀਦਾਰ ਨੇ ਕਿਹਾ ਕੋਈ ਗੱਲ ਨਹੀਂ, ਮੈਂ ਤੁਹਾਨੂੰ ਬਿਸਤਰਾ ਵੀ ਦਿੰਦਾ, ਮੈਂ ਤੁਹਾਨੂੰ ਭੋਜਨ ਵੀ ਚੁਕਾਉਂਦਾ। ਰਾਤ ਉਹਦੀ ਵੀ ਕੱਟੀ ਗਈ, ਰਾਤ ਉਹਦੀ ਵੀ ਕੱਟੀ ਗਈ। ਉਹਨੇ ਜੰਗਲ ਵਿੱਚ ਠਰੂੰ ਠਰੂੰ ਕਰਦਿਆਂ ਰਾਤ ਕੱਟੀ ਅਤੇ ਸਾਧੂ ਨੇ ਬਿਸਤਰੇ ਵਿੱਚ ਰਾਤ ਕੱਟੀ, ਭੋਜਨ ਵੀ ਮਿਲਿਆ। ਸਵੇਰੇ ਜਦੋਂ ਦਿਨ ਚੜ੍ਹਿਆ, ਇਕੱਠੇ ਹੋਏ ਸੁਣਾ ਬਾਈ, ਕਹਿੰਦਾ ਗੁਰੂ ਜੀ ਮੇਰੇ ਨਾਲ ਬਹੁਤ ਮਾੜੀ ਹੋਈ, ਮੈਨੂੰ ਤਾਂ ਚੌਕੀਦਾਰ ਨੇ ਬਾਹਰ ਕੱਢ ਦਿੱਤਾ, ਨਾ ਮੇਰੇ ਕੋਲ ਕੋਈ ਕੱਪੜਾ, ਨਾ ਕੋਈ ਬਿਸਤਰਾ, ਮੈਂ ਤਾਂ ਸਾਰੀ ਰਾਤ ਠੰਡ ਵਿੱਚ ਮਰ ਗਿਆ। ਮਹਾਤਮਾ ਕਹਿਣ ਲੱਗੇ ਜ਼ਰੂਰ ਕੁਝ ਬਣਿਆ ਹੋਵੇਗਾ। ਉਹਨੇ ਸਾਰੀ ਗੱਲ ਦੱਸੀ। ਮੈਨੂੰ ਉਹਨੇ ਪੁੱਛਿਆ ਤੂੰ ਕੌਣ ਹੈ? ਮੈਂ ਕਿਹਾ ਮੈਂ ਸਾਧੂ ਹਾਂ। ਉਹ ਕਹਿੰਦਾ ਸਾਧੂਆਂ ਦੇ ਕੰਮ ਨੇ, ਇਹ ਤਾਂ ਚੋਰਾਂ ਵਾਲਾ ਕੰਮ ਤੂੰ ਕੀਤਾ। ਗੱਲ ਕੀ, ਜਦੋਂ ਅਸੀਂ ਕੁਝ ਬਣਾਂਗੇ ਉਦੋਂ ਤਾਂ ਅਸੀਂ ਪਰਮਾਤਮਾ ਤੋਂ ਦੂਰ ਹੋ ਜਾਵਾਂਗੇ, ਅਤੇ ਜਦੋਂ ਅਸੀਂ ਇਹ ਜਾਣ ਲਵਾਂਗੇ ਕਿ ਨਹੀਂ ਅਸੀਂ ਕੁਝ ਵੀ ਨਹੀਂ। ਇਸ ਲਈ ਮਹਾਰਾਜ ਕਹਿੰਦੇ ਨੇ ਭਾਈ ਸਭ ਮੈਂ ਵਰਤੈ ਏਕ ਅਨੰਤਾ, ਤਾਂ ਤੂੰ ਸੁਖ ਸੋ ਹੋਏ ਅਚਿੰਤਾ। ਉਹ ਸਭ ਕੁਛ ਜਾਣੈ ਜੋ ਵਰਤੰਤਾ। ਆਖਿਆ ਪਰਮਾਤਮਾ ਤੋਂ ਕੋਈ ਗੱਲ ਲੁਕੀ ਛਿਪੀ ਨਹੀਂ, ਜੋ ਕੁਝ ਵਰਤ ਰਿਹਾ ਹੈ ਉਹ ਸਭ ਜਾਣਦਾ, ਸਾਡੇ ਅੰਦਰ ਦੀ ਵੀ ਜਾਣਦਾ, ਸਾਡੇ ਬਾਹਰ ਦੀ ਵੀ ਜਾਣਦਾ। ਗੱਲ ਕੀ, ਪਾਤਸ਼ਾਹ ਕਹਿੰਦੇ ਨੇ ਮਨਮੁਖ ਮੋਏ ਜਿਨ ਦੂਜੀ ਪਿਆਸਾ। ਜਿਹੜੇ ਮਨ ਦੇ ਪਿੱਛੇ ਤੁਰਦੇ ਹਨ ਉਹ ਮਰਦੇ ਹਨ, ਭਾਵ ਉਹਨਾਂ ਦੀ ਆਤਮਿਕ ਮੌਤ ਹੋ ਜਾਂਦੀ। ਉਹ ਆਪਣੀ ਸਿਆਣਪ ਦੇ ਨਾਲ ਠੱਗੀਆਂ ਠੋਰੀਆਂ ਕਰਦੇ, ਹੇਰਾ ਫੇਰੀਆਂ ਕਰਦੇ, ਝੂਠ ਬੋਲਦੇ। ਮਨਮੁਖ ਮੋਏ ਜਿਨ ਦੂਜੀ ਪਿਆਸਾ, ਜਿਨ੍ਹਾਂ ਨੂੰ ਪਰਮਾਤਮਾ ਦਾ ਦਰ ਛੱਡ ਕੇ ਮਾਇਆ ਦਾ ਪਿਆਰ ਜਾਗ ਪਿਆ। ਬਹੁ ਜੋਨੀ ਭਵੈ ਤੁਰ ਕਿਰਤ ਲਿਖੇ ਆਸਾ, ਉਹ ਫਿਰ ਕਈ ਜੂਨੀਆਂ ਵਿੱਚ ਭਟਕਦੇ ਹਨ, ਕਿਉਂਕਿ ਤੁਰੋਂ ਹੀ ਉਹਨਾਂ ਦੇ ਮੱਥੇ 'ਤੇ ਐਸਾ ਲੇਖ ਲਿਖਿਆ। ਪਰਮਾਤਮਾ ਕਿਸੇ ਨਾਲ ਕੋਈ ਵਿਤਕਰਾ ਨਹੀਂ ਕਰਦਾ, ਉਹਦਾ ਤਾਂ ਪੱਕਾ ਅਸੂਲ ਹੈ, ਜੈਸਾ ਬੀਜੈ ਤੈਸਾ ਖਾਸਾ। ਭਾਈ ਜਿਹੋ ਜਿਹਾ ਬੀਜੇਗਾ ਉਹ ਜਿਹਾ ਖਾਏ। ਗੁਰਬਾਣੀ 'ਤੇ ਵਾਰ ਵਾਰ ਸਮਝਾ ਰਹੀ ਹੈ, ਜੇ ਆਹ ਬੀਜੈ ਸੋ ਲੁਣੈ,
ਕਰਮਾ ਸੰਦੜਾ ਖੇਤ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਠੀਕ ਹੈ, ਬੀਜੈ ਵਿਖ ਮੰਗੈ ਅੰਮ੍ਰਿਤ, ਵੇਖੋ ਇਹ ਨਿਆਓ, ਲੋਕਾਂ ਦਾ ਇਨਸਾਫ ਦੇਖੋ, ਬੀਜਦੇ ਜ਼ਹਿਰ ਨੇ ਚਾਹੁੰਦੇ ਅੰਮ੍ਰਿਤ ਨੇ। ਫਰੀਦੀ ਵਰਗੀ ਮਹਾਨ ਆਤਮਾ ਨੇ ਵੀ ਕਿਹਾ, ਫਰੀਦਾ ਲੋੜ ਹੈ ਦਾਖ ਬਜੋਰੀਆਂ, ਕਿੱਕਰ ਬੀਜੈ ਜੱਟ ਹੰਡੈ ਉੱਨ ਕਤਾਏ ਦਾ, ਪੈਰਾ ਲੋੜ ਹੈ ਪੱਟ, ਹੱਥ ਵਿੱਚ ਤਾਂ ਉੱਨ ਲਈ ਫਿਰਦਾ ਭੇਡਾਂ ਦੀ, ਪਹਿਰਨਾ ਚਾਹੁੰਦਾ ਰੇਸ਼ਮ, ਬੀਜਦਾ ਕਿੱਕਰ ਦੇ ਬੀਜ, ਚਾਹੁੰਦਾ ਬਜੌਰ ਦੇਸ਼ ਦੀਆਂ ਦੱਖ। ਆਖਿਆ ਗੱਲ ਸੁਣੋ, ਜਿਹੜੇ ਗੁਰੂ ਦੀ ਗੱਲ ਨਹੀਂ ਸੁਣਦੇ ਨਹੀਂ ਮੰਨਦੇ, ਉਹਨਾਂ ਦੀ ਤਾਂ ਆਤਮਕ ਮੌਤ ਹੁੰਦੀ ਹੁੰਦੀ। ਮਨਮੁੱਖ ਮੋਏ ਜਿਨ ਦੂਜੀ ਪਿਆਸਾ, ਬਹੁ ਜੋਨੀ ਭਵੇਂ ਤੁਰ ਕਿਰਤ ਲਿਖਿਆਸਾ, ਜੈਸਾ ਬੀਜੈ ਤੈਸਾ ਖਾਸਾ। ਅਖੀਰ ਵਿੱਚ ਪਾਤਸ਼ਾਹ ਕਹਿੰਦੇ ਨੇ, ਧੰਨ ਹਨ ਉਹ ਦੇਖ ਦਰਸ ਮਨ ਭਇਆ ਵਿਗਾਸਾ, ਜਿਨ੍ਹਾਂ ਨੇ ਉਸਦੇ ਦਰਸ਼ਨ ਕਰ ਲੈਣ, ਜਿਨ੍ਹਾਂ ਨੂੰ ਹਰ ਜ਼ਰੇ ਜ਼ਰੇ ਕਣ ਕਣ ਵਿੱਚੋਂ ਨਜ਼ਰ ਆਉਂਦਾ, ਉਹਨਾਂ ਦੇ ਮਨ ਵਿੱਚ ਵਿਕਾਸ ਖੇੜਾ ਖੁਸ਼ੀ ਪੈਦਾ। ਸਭ ਨਜ਼ਰੀ ਆਇਆ ਬ੍ਰਹਮ ਪ੍ਰਗਾਸਾ, ਉਹਨਾਂ ਨੂੰ ਹਰ ਜਗ੍ਹਾ ਉਸ ਬ੍ਰਹਮ ਦਾ ਪ੍ਰਗਾਸ ਜੋਤ ਨਜ਼ਰ ਆਉਂਦੀ। ਉਹ ਫਿਰ ਪੁਕਾਰ ਉੱਠਦੇ ਨੇ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਤੈ ਚਾਨਣ ਸਭ ਮੈਂ ਚਾਨਣ ਹੋਏ। ਉਹ ਸਾਡੇ ਵਰਗੇ ਭੁੱਲਣਾ ਨੂੰ ਵੀ ਸਮਝਾਉਂਦੇ ਨੇ, ਅਵਲੇ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਲੋਗਾ ਭਰਮ ਨ ਭੁੱਲੋ ਪਾਈ, ਖਾਲਕ ਖਲਕ ਖਲਕ ਮੈਂ ਖਾਲਕ, ਪੂਰ ਰਹੋ ਸ੍ਰਵਠਾਈ। ਦੇਖ ਦਰਸ ਮਨ ਭਇਆ ਵਿਗਾਸਾ, ਸਭ ਨਜ਼ਰੀ ਆਇਆ ਬ੍ਰਹਮ ਪ੍ਰਗਾਸਾ, ਜਨ ਨਾਨਕ ਕੀ ਹਰ ਪੂਰਨ ਆਸਾ। ਨਾਨਕ ਦਾਸ ਜੀ ਫਰਮਾਉਂਦੇ, ਹਰੀ ਨੇ ਮੇਰੀ ਆਸਾ ਪੂਰਨ ਕਰ ਦਿੱਤੀ। ਤਥਾ ਜਿਹੜਾ ਉਸ ਦਾ ਸੇਵਕ ਬਣ ਜਾਂਦਾ, ਉਹਦੀ ਆਸਾ ਉਹ ਪੂਰੀ ਕਰ ਦਿੰਦਾ। ਅਤੇ ਜਿਸ ਭਾਗਸ਼ਾਲੀ ਮਨੁੱਖ ਦੇ ਸਿਰ 'ਤੇ ਉਸ ਮਾਲਕ ਦਾ ਹੱਥ ਹੋ ਜਾਂਦਾ, ਉਹਦਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ। ਜਿਸ ਰਾਖੈ ਆਪ ਰਾਮ ਦਿਆਰਾ, ਤਿਸ ਨਹੀਂ ਦੂਜਾ ਕੋ ਪਹੁੰਚਣ ਹਾਰਾ, ਉਹਦੀ ਕੋਈ ਬਰਾਬਰੀ ਕਰ ਹੀ ਨਹੀਂ ਸਕਦਾ। ਆਓ ਪਿਆਰਿਓ, ਗੁਰੂ ਕੇ ਸ਼ਬਦ ਰਾਹੀਂ ਇਹ ਪ੍ਰੇਰਨਾ ਲੈ ਕੇ ਇੱਕ ਨਾਲ ਜੁੜਨਾ ਕਰੀਏ, ਜਿਹੜਾ ਇੱਕ ਕਦੇ ਮਰਦਾ ਨਹੀਂ, ਉਹਦੇ ਨਾਲ ਪਿਆਰ ਕਰਨ ਵਾਲੇ ਨੂੰ ਕਦੇ ਸੋਗ ਚਿੰਤਾ ਹੁੰਦੀ ਨਹੀਂ, ਅਤੇ ਜਿਹੜਾ ਉਸਦੀ ਸ਼ਰਨ ਵਿੱਚ ਆ ਜਾਏ ਉਹਦਾ ਵਾਲ ਵਿੰਗਾ ਨਹੀਂ ਹੋ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।